ਇਹ ਪੂਰਾ ਪਰਿਵਾਰ ਅੱਖਾਂ ਤੋਂ ਅੰਨਾ ਹੈ। ਘਰ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਚੱਲਦਾ ਆ। ਘਰ ਦੇ ਵਿੱਚ 3 ਜੀਅ ਹੈਗੇ ਨੇ ਜੋ ਕਿ ਅੱਖਾਂ ਤੋਂ ਅੰਨੇ ਹੈਗੇ ਨੇ। ਤੁਸੀਂ ਆਪ ਹੀ ਸੋਚ ਲਵੋ ਕਿ ਜੇ ਅੱਖਾਂ ਗਈਆਂ ਤਾਂ ਜਹਾਨ ਗਿਆ। ਪੁਰਾਣੇ ਬਜ਼ੁਰਗਾਂ ਦਾ ਕਹਿਣਾ ਹੁੰਦਾ ਸੀ ਕਿ ਘਰ ਦੇ ਵਿੱਚ 3 ਜੀਅ ਅਤੇ 3 ਹੀ ਅੱਖਾਂ ਤੋਂ ਅੰਨੇ ਅਤੇ ਕਿਵੇਂ ਕਰਦੇ ਹੋਣਗੇ ਆਪਣਾ ਗੁਜ਼ਾਰਾ। ਉਹ ਤੋਂ ਗਰੀਬੀ ਅੱਤ ਦੀ ਸਰਕਾਰਾਂ ਕੋਲੋਂ ਮੰਗ ਰਹੇ ਨੇ, ਮਦਦ ਦੀ ਗੁਹਾਰ ਵੀ ਲਗਾਉਂਦੇ ਪਏ ਨੇ, ਅਪੀਲ ਕਰਦੇ ਪਏ ਨੇ। ਤੁਹਾਡਾ ਇੱਕ ਸ਼ੇਰ ਇਸ ਪਰਿਵਾਰ ਦੀ ਕਰ ਸਕਦਾ ਹੈ ਮਦਦ। ਇਸ ਲਈ ਹੱਥ ਬੰਨ ਕੇ ਬੇਨਤੀ ਹੈ ਕਿ ਜਿਹੜਾ ਇਹ ਵੀਡੀਓ ਦੇਖੀ ਜਾਵੇ ਅਤੇ ਸ਼ੇਅਰ ਜ਼ਰੂਰ ਕਰੀ ਜਾਵੇ ਤਾਂ ਕਿ ਸਰਕਾਰਾਂ ਤੱਕ ਵੀਡੀਓ ਪਹੁੰਚੇ ਅਤੇ ਇਸ ਪਰਿਵਾਰ ਦੀ ਫੜੀ ਜਾਵੇ ਬਾਂਹ, ਤਾਂ ਕਿ ਇਹਨਾਂ ਦਾ ਵੀ ਕੋਈ ਹੋ ਸਕੇ ਗੁਜ਼ਾਰਾ। ਕਿਉਂਕਿ ਆਪਾਂ ਹੋਰ ਵੀਡੀਓ ਤਾਂ ਬਹੁਤ ਸਾਰੀਆਂ ਦੇਖਦੇ ਹਾਂ, ਸ਼ੇਅਰ ਕਰਦੇ ਹਾਂ ਕਿ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ। ਇੱਕ ਵਾਰ ਫਿਰ ਤੁਹਾਨੂੰ ਹੱਥ ਬੰਨ ਕੇ ਬੇਨਤੀ ਕਰਦੇ ਹਾਂ। ਹੁਣ ਤੁਹਾਨੂੰ ਦੱਸਦੇ ਇਸ ਪਰਿਵਾਰ ਦੀ ਸਟੋਰੀ। ਮਾਨਸਾ ਦੇ ਪਿੰਡ ਦੀ ਇਹ ਇੱਕ ਪਿੰਡ ਹੈਗਾ, ਉੱਥੋਂ ਦੇ ਇਹ ਪਰਿਵਾਰ ਹੈਗਾ ਜਿਨ੍ਹਾਂ ਦੇ ਵਿੱਚ ਘਰ ਦੇ ਵਿੱਚ 3 ਜੀਅ ਹੈਗੇ ਨੇ ਜੋ ਕਿ 3 ਅੰਨੇ ਹੈਗੇ ਨੇ। ਕਿ ਰੱਬ ਕੋਲੋਂ ਸਵੇਰੇ ਉੱਠਦਿਆਂ ਸਾਰ ਅਰਦਾਸ ਦੇ ਵਿੱਚ ਪਤਾ ਕੀ ਮੰਗਦੇ ਨੇ? ਮੌਤ ਮੰਗਦੇ ਨੇ। ਜੀ ਹਾਂ, ਜਦੋਂ ਤੁਸੀਂ ਵੀਡੀਓ ਸੁਣੋਗੇ ਤਾਂ ਤੁਹਾਨੂੰ ਇਹ ਲਫ਼ਜ਼ ਸੁਣਨ ਨੂੰ ਮਿਲਣਗੇ ਕਿ ਇਹ ਪਰਿਵਾਰ ਜਿਹੜਾ ਹੈਗਾ ਆ ਰੱਬ ਕੋਲੋਂ ਦਿਨ ਰਾਤ ਜਿਹੜਾ ਹੈਗਾ ਆ ਮੌਤ ਮੰਗਦਾ। ਕਹਿੰਦਾ ਮੈਨੂੰ ਚੁੱਕ ਲਾ ਕਿਉਂਕਿ ਅਸੀਂ ਬਹੁਤ ਸਾਰੇ ਦੁਖੀ ਗਏ ਹਾਂ। ਕਿਉਂਕਿ ਅੱਗੇ ਇੱਕ ਤਾਂ ਅੱਖਾਂ ਤੋਂ ਅੰਨੇ, ਉੱਤੋਂ ਅੱਤ ਦੀ ਗਰੀਬੀ, ਉੱਤੋਂ ਸਾਂਭਣ ਵਾਲਾ ਵੀ ਕੋਈ ਨਹੀਂ। ਕਿ ਤੁਸੀਂ ਆਪ ਹੀ ਸੋਚ ਲਵੋ ਉਸ ਪਰਿਵਾਰ ਦੇ ਜੀਆਂ ਦਾ ਕਿਵੇਂ ਹੁੰਦਾ ਹੋਵੇਗਾ ਗੁਜ਼ਾਰਾ। ਜੇ ਆਪਾਂ ਉਹਨਾਂ ਬਜ਼ੁਰਗਾਂ ਦੀ ਗੱਲ ਕਰੀਏ ਤਾਂ ਉਹ ਵੀ ਕਹਿੰਦੇ ਨੇ ਕਿ ਅਸੀਂ ਤਾਂ ਇੰਨੇ ਦੁਖੀ ਹੈਗੇ ਹਾਂ ਅਤੇ ਸਾਡੇ ਤਾਂ ਹੁਣ ਵੱਸ ਦੀ ਗੱਲ ਨਹੀਂ ਰਹੀ। ਪਹਿਲੋਂ ਚੰਗੇ ਭਲੇ ਹੈਗੇ ਸਾਂ, ਲੇਕਿਨ ਰੱਬ ਦੀ ਪਤਾ ਨਹੀਂ ਕੀ ਕਰਨੀ ਆ ਕਿ ਇਹਨਾਂ ਦੇ ਪਰਿਵਾਰਾਂ ਦੇ 3 ਜੀਅ ਜਿਹੜੇ ਹੈਗੇ ਘਰ ਦੇ ਮੋਢੀ, ਮਾਂ ਪਿਓ ਅਤੇ ਪੁੱਤ, 3 ਹੀ ਅੱਖਾਂ ਤੋਂ ਅੰਨੇ ਹੋ ਗਏ। ਹੌਲੀ ਹੌਲੀ ਇੱਕ ਹੋਰ ਇਹਨਾਂ ਦਾ ਘਰ ਦਾ ਮੈਂਬਰ ਹੈਗਾ ਸੀ, ਉਹ ਵੀ ਅੰਨਾ ਹੋ ਗਿਆ। ਪਤਾ ਨਹੀਂ ਕੀ ਇਸ ਘਰ ਦੇ ਵਿੱਚ ਹੋਇਆ ਕਿ ਹੌਲੀ ਹੌਲੀ 3 ਜੀਅ ਹੋ ਗਏ ਅੰਨੇ। ਕੀ ਕਹਿ ਰਹੇ ਨੇ ਇਹ ਪਰਿਵਾਰਕ ਮੈਂਬਰ, ਇਹ ਆਓ ਤੁਹਾਨੂੰ ਦੱਸਦੇ ਹਾਂ। ਇਹ ਬਸ ਮਹਾਰਾਜ ਨੇ ਜੋ ਡੰਡ ਸਾਨੂੰ ਲਾਇਆ ਗਾ ਉਹੀ ਸਾਰਾ ਕੁਛ ਬਣਾਉਣ ਵਾਲਾ, ਠੀਕ ਹੈ ਜੀ। ਮੈਂ ਟੋ ਟੋ ਕੇ ਮਤਲਬ ਤੜਕੇ ਚਾਹ ਕਰਦਾ ਜੀ, ਉਦੋਂ ਬਾਅਦ ਟੋ ਕੇ ਇਹਨਾਂ ਨੂੰ ਫੜਾ ਕੇ ਚਾਹ ਪਾਣੀ ਪੀ ਕੇ ਫਿਰ ਭਾਂਡਾ ਠੀਕਰ ਚੱਕਦਾ ਉਹ ਮਾਂਜਦਾ ਜੀ। ਟੋ ਕੇ ਮੈਂ ਆਟਾ ਚੱਕ ਲੈਂਦਾ, ਹੌਲੀ ਹੌਲੀ ਗੁੰਨ ਲੈਂਦਾ ਜੀ, ਉਹਦੇ ਸੀਖ ਉੱਤੇ ਲਾ ਕੇ ਉਹਦੇ ਉੱਤੇ ਮੂੰਹ ਹੱਥ ਪਹਿਲਾਂ ਰੱਖ ਲੈਂਦਾ ਜੀ, ਉੱਤੇ ਸੀਖ ਮਚਾ ਕੇ ਰੱਖ ਲੈਂਦਾ, ਉੱਧਰੋਂ ਦਿੰਦਾ ਐਂ ਛੱਡ ਜੀ ਅਤੇ ਚੱਲ ਅੱਗ ਲੱਗ ਜਾਂਦੀ ਆ। ਉੱਤੇ ਮੈਂ ਹੌਲੀ ਹੌਲੀ ਤਵਾ ਰੱਖ ਲੈਂਦਾ ਜੀ, ਵਿੰਗੀਆਂ ਟੇਢੀਆਂ ਜਿਹੀਆਂ ਹੁੰਦੀਆਂ ਥੱਪ ਲੈਂਦੇ, ਢਿੱਡ ਭਰ ਲੈਂਦੇ ਹਾਂ ਜੀ। ਬਲਜੀਤ ਕਿੰਨੀ ਕੁ ਦੁਖੀ ਆ? ਦੁਖੀ ਦੁਖੀ ਮੈਂ ਕਹਿੰਦਾ ਜੀ, ਅਸੀਂ ਜੇ ਰੇਲ ਗੱਡੀ ਇੱਥੋਂ ਦੀ ਜਾਂਦੀ ਹੁੰਦੀ ਅਸੀਂ ਕਿੱਦਾਂ ਦੇ ਕੰਮ ਕਰ ਜਾਂਦੇ, ਇੰਨੇ ਦੁਖੀ ਅਸੀਂ। ਹਾਂਜੀ, ਅੰਦਰੋਂ ਸਾਡਾ ਤੁਸੀਂ ਤਾਂ ਗੱਲਾਂ ਕਰਦੇ ਜੀ, ਅੰਦਰ ਸਾਡਾ ਰੋਂਦਾ ਹੈਗਾ, ਇੰਨੇ ਔਖੇ ਹੈਗੇ ਬਹੁਤ ਜ਼ਿਆਦਾ। ਕੋਈ ਸਪਰੇਅ ਸੱਲਾ ਮਿਲਦਾ ਹੋਵੇ ਉਹ ਅਸੀਂ ਲਿਆ ਕੇ ਪੀ ਲਈਏ, ਨਾ ਮਾਂ ਨੂੰ ਦੇ ਦਈਏ ਨਾ ਅਸੀਂ ਪੀ ਲਈਏ। ਇੱਦੂ ਤਾਂ ਔਖੇ ਹੁੰਦੇ ਨਹੀਂ ਜੀ, ਜ਼ਿਆਦਾ ਜਿੰਨੇ ਔਖੇ ਹੋਣਾ ਅਸੀਂ ਬਹੁਤ ਜ਼ਿਆਦਾ ਸਾਨੂੰ ਸਜ਼ਾ ਮਿਲੀ ਹੈ ਜੀ। ਹੁਣ ਕੀ ਕਰੀਏ, ਜੇ ਇੱਕ ਮੌਕੇ ਕਿਸੇ ਦਾ ਕੋਈ ਕਤਲ ਵੀ ਹੋਇਆ ਹੁੰਦਾ ਤਾਂ 20 ਸਾਲ ਤਾਂ ਲੱਗਦੇ ਨਹੀਂ ਸੀ, ਪਹਿਲਾਂ ਹੀ ਛੁੱਟੇ ਆਉਂਦੇ। ਕਿਉਂ? ਨਿਗਾਹ ਤਾਂ ਹੁੰਦੀ, ਜੱਗ ਤਾਂ ਦੇਖ ਲੈਂਦੇ, ਜੱਗ ਦੇਖਣ ਮੰਨਿਓ, ਤੁਹਾਡੀ ਸੂਰਤ ਦੇਖਣ ਮੰਨਿਓ, ਤਰਸਦੇ ਹਾਂ ਜੀ, ਤਰਸਦੇ ਵੀ ਇਹ ਮਾਲਕਾ ਇਹਨਾਂ ਦੀ ਰੂਹ ਸਾਨੂੰ ਦੇਖਦੇ, ਇੰਨੇ ਦੁਖੀਆਂ। ਕੀ ਮੰਗ ਕਰਦੇ ਹੋ ਸਰਕਾਰ ਤੋਂ? ਮੰਗ ਅਸੀਂ ਇਹੀ ਕਰਦੇ ਹਾਂ ਵੀ ਸਾਡਾ ਇੱਕ ਤਾਂ ਰੋਟੀ ਟੁੱਕ ਦਾ ਪ੍ਰਬੰਧ ਹੋਣਾ ਚਾਹੀਦਾ, ਇਹ ਗੌਰਮੈਂਟ ਬਣਾਵੇ, ਆਮ ਲੋਕ ਵਿਚਾਰੇ ਬਣਾਉਣ। ਰੋਟੀ ਟੁੱਕ ਦਾ ਸਾਰਿਆਂ ਨਾਲੋਂ ਵੱਡਾ ਕੰਮ ਆ। ਫਿਰ ਜੇ ਆਹ ਕਮਰਾ ਹੈਗਾ, ਇਹ ਕਮਰਾ ਇਹ ਨਹੀਂ ਪਤਾ
ਕਿ ਅਸੀਂ ਅੰਦਰ ਵੜ ਜਾਈਏ ਸਾਨੂੰ ਤਿੰਨਾਂ ਨੂੰ ਦੱਬ ਦੇ, ਨਾ ਤਾਂ ਮਰਿਆਂ 'ਚ ਨਾ ਜਿਉਂਦਿਆਂ 'ਚ। ਇਹ ਉਦੋਂ ਜੱਬ ਹੋ ਜਾਊਗਾ ਜਦੋਂ ਮੀਂਹ ਆ ਜਾਂਦਾ ਬਲਜੀਤ, ਫਿਰ ਉਦੋਂ ਕਿਵੇਂ ਦੇ ਹਾਲਾਤ ਹੁੰਦੇ ਨੇ? ਉਦੋਂ ਹਾਲਾਤ ਬਹੁਤ ਔਖੇ ਆ ਜੀ, ਹਾਰ ਕੇ ਉੱਧਰ ਪੈ ਜਾਂਦਾ, ਉੱਧਰ ਤਿੰਨੇ ਮੰਜੇ ਡਾਹ ਕੇ ਜੇ ਪੈ ਜਾਂਦੇ ਹੈਗੇ। ਬਾਛਣਾਂ ਉੱਧਰ ਵੀ ਆਉਂਦੀਆਂ ਜੀ ਮੀਂਹ ਦੀਆਂ, ਕਿਉਂ ਇੱਧਰ ਇੱਧਰ ਦਾ ਪਾਣੀ ਖੜ ਜਾਂਦੇ ਜੀ ਗੋਡੇ ਗੋਡੇ। ਜਦੋਂ ਮੀਂਹ ਹਟਦਾ ਫਿਰ ਮੈਂ ਬਾਲਟੀ ਨਾ ਘੜ ਦਾਂਗਾ, ਬਹੁਤ ਜ਼ਿਆਦਾ ਔਖੇ। ਹੋਰ ਕੀ ਪਰੇਸ਼ਾਨੀਆਂ ਹੁੰਦੀਆਂ? ਤੇ ਪਰੇਸ਼ਾਨੀਆਂ ਇੱਕ ਪਾਣੀ ਦਾ ਬੜਾ ਵੱਡਾ, ਸਾਨੂੰ ਉਹ ਪਾਣੀ ਦਾ ਸਾਡਾ ਪ੍ਰਬੰਧ ਹੋ ਜੇ ਜੀ, ਲਾਈਟ ਰੰਗ ਦਾ ਹੋ ਜੇ ਤੇ ਰਸੋਈ ਦਾ ਤੇ ਇੱਕ ਕਮਰੇ ਦਾ। ਯਾਰਾ ਪੁੱਛੋ ਨਾ ਜੀ, ਬਹੁਤ ਹੀ ਔਖਾ ਹੈਗਾ ਤੇ 15 ਸਾਲ ਹੋ ਗਏ ਆਹ ਕਮਰਾ ਪਾਇਆ ਸੀ ਜੀ, ਇਹ ਹੁਣ ਕਿਉਂ ਲੱਗਦਾ ਉੱਤੇ ਪਾਟੀ ਪਈ ਹੈ ਛੱਤ ਗਾਡਰੀ ਕੋਲੋਂ ਵਿੱਚ ਪੈਂਦੀ ਹੈ, ਤਾਂ ਐਂ ਲੱਗਦਾ ਵੀ ਹਾਏ ਡਿੱਗੀ। ਅੱਛਾ ਹੁਣ ਉਹ ਡਿੱਗ ਪਿਆ ਹੈ, ਭਰਤ ਪਾ ਦੀ ਵਿਹੜੇ 'ਚ ਪਵਾਤੀ, ਉਹ ਖੂਹ ਬਣ ਰਿਹਾ ਉਹਦੇ ਵਿੱਚ ਮੈਂ ਵੀ ਡਿੱਗੀ ਹਾਂ, ਮੇਰੇ ਸੱਟਾਂ ਵੀ ਵੱਜੀਆਂ ਨਾ। ਘਰ ਦੇ ਵਿੱਚ ਕੌਣ ਕੌਣ ਤੁਸੀਂ ਤੇ ਕਦੋਂ ਤੋਂ ਦਿਸਣੋਂ ਹਟਿਆ? ਅਸੀਂ 3 ਜਣੇ ਹੀ ਹਾਂ ਵੀਰ ਜੀ ਹੁਣ ਤਾਂ ਘਰ 'ਚ। ਪਹਿਲਾਂ ਦੇਖਦਾ ਸੀ ਮਾਤਾ? ਹਾਂ ਵੀਰ ਜੀ, ਬੜਾ ਕੰਮ ਕਰਿਆ ਸੀ, ਦਾਈ ਪਣੇ ਦਾ ਕੰਮ ਕਰਿਆ ਮੈਂ, ਮੂੰਹ ਆਪਦੇ ਘਰ ਦਾ ਕੰਮ ਬਹੁਤ ਜ਼ਿਆਦਾ ਕਰਿਆ, ਪਸ਼ੂ ਸਾਹਮਣੇ ਮੈਂ 4 ਮੈਥਾਂ ਸਾਹਮਣੀਆਂ, ਗੁਜ਼ਾਰਾ ਬਹੁਤ ਸੋਹਣਾ ਸੀਗਾ ਕੰਮ ਕਰਦੇ ਤੇ। ਬੇਬੇ ਕਿਹਨੂੰ ਕਿਹਨੂੰ ਦਿਸਦਾ ਤੁਹਾਨੂੰ ਘਰ ਦੇ ਵਿੱਚ, ਕਿਹਨੂੰ ਨਹੀਂ ਦਿਸਦਾ? ਮੈਨੂੰ ਨਹੀਂ ਦਿਸਦਾ ਵੀਰ ਜੀ, ਆਹ ਮੁੰਡੇ ਨਹੀਂ ਜੀਦਾ, ਇਹਨੂੰ ਜੀਦਾ ਮਾੜਾ ਮੋਟਾ, ਇਹਨੂੰ ਤਾਂ ਮਾੜਾ ਮੋਟਾ ਕਿਤੇ 'ਚ ਮੁਕਾਰਾ ਪੈ ਜਾਂਦਾ। ਅੱਛਾ ਊਂ ਬੇ ਜੇ ਆਖੋ ਮੈਂ ਬੋਲ ਪਾ ਕਹਾਣੀ ਦੱਸ ਲਿਆ, ਤਾਂ ਮੈਂ 5 ਮੁੰਡੇ ਜੰਮੇ ਸੀ ਅਤੇ 5ੇ ਹੀ ਬੇਕਾਰ ਕਰਚ ਹੋਏ ਹੋਏ, ਇੱਕ ਤਾਂ ਵਿਆਹ ਵਿਚਾਰਾ ਥੋੜ੍ਹੇ ਚਿਰ ਤੋਂ ਹੀ ਮੰਜੀ 'ਚ ਪੈ ਗਿਆ। ਅੱਛਾ ਇੱਕ ਦੂਜਾ ਉਹ ਸਾਡੇ ਨਾਲ ਹੀ, ਉਹਨੂੰ ਵੀ ਦੱਸਣ ਹਟ ਗਿਆ, ਉਹਦੀਆਂ 1 ਅੱਖ ਤਾਂ ਗਈ ਨਾ ਸਮਰ, ਅਤੇ 1 ਨਾਲ ਫਿਰਦਾ ਹੋ ਗਈ। ਹਾਂ ਸਾਡਾ ਹਾਲ ਬਹੁਤ, ਪਤਾ ਨਹੀਂ ਕੀ ਮਾਲਕ ਨੇ ਖੇਡ ਰਚਾਈ ਹੈ, ਕੀ ਸਾਡਾ ਹਾਲ ਬਣਿਆ ਗਾ, ਕਿਵੇਂ ਗੱਲ ਹੋ ਗਈ, ਕੋਈ ਸਾਨੂੰ ਪਤਾ ਨਹੀਂ ਲੱਗਿਆ। ਕੀ ਮੰਗ ਕਰਦੇ ਹੋ ਮਾਤਾ? ਮੰਗ ਅਸੀਂ ਆਹੀ ਕਰਦੇ ਹਾਂ ਕਿ ਸਾਡਾ ਰੋਟੀ ਟੁੱਕਦਾ ਇਹਨਾਂ ਦਾ ਬਣ ਜੇ ਲਾਜ ਵੀਰ ਜੀ, ਬਾਕੀ ਸਾਡਾ ਘਰ ਬਾਰ ਵੀ ਮਰੰਮਤਾ, ਸਾਡਾ ਸਾਰਾ ਕੁਛ ਬਣ ਜੇ, ਅਸੀਂ ਸਹੂਲਤ ਬਣ ਜੇ, ਬੇਸੰਸ ਹੋ ਕੇ ਪੈ ਜੀ ਰਹੀਏ। ਅੱਛਾ ਇੱਧਰ ਆਉਂਦੇ ਹਾਂ, ਇੱਧਰ ਦਿੱਤਾ, ਇੱਧਰ ਪਾਣੀ ਇੱਧਰ ਵੀ ਆਉਂਦਾ, ਪਾਣੀ ਉੱਧਰ ਵੀ ਆਉਂਦਾ, ਸਾਨੂੰ 1 ਦਿਨ 1 ਵਾਹੀ ਤਾਂ ਜਦੋਂ ਭਰ ਗਿਆ ਸੱਚ ਕਰਕੇ ਜਾਣ, ਇਹ ਮੁੰਡਾ ਪਾਣੀ ਕਿੱਡੀ ਗਿਆ ਟੋਬੇ ਮੰਗੂ ਭਰ ਗਿਆ ਘਰ, ਅਤੇ ਮੈਂ ਐਂ 1 ਵਾਹੀ ਤਾਂ ਸਾਰੀ ਰਾਤ ਕੱਟੀ ਆਏ ਬੈਠ ਕੇ। ਹਾਂ ਹੁਣ ਫਿਰ ਰੱਥ ਕਰ ਗਿਆ, ਕਰਿਆ ਕੀ ਜਾਵੇ ਜੀ, ਜਦੋਂ ਸਾਰੇ ਪਰਿਵਾਰ ਨੂੰ ਨਹੀਂ ਦਿਸਦਾ ਰੱਬ। ਹਾਂ ਕਿਉਂ ਕਰੋਪੀ ਕਰੀ ਵੀ ਸਾਡੇ 'ਤੇ ਕਿਉਂ ਕਰੋਪ ਹੋਇਆ, ਚੰਗੇ ਭਲਿਆਂ 'ਤੇ ਕੰਮ ਬਹੁਤ ਜ਼ਿਆਦਾ ਕਰ ਦਿੱਤੇ, ਆ ਮੁੰਡੇ ਨੂੰ ਤਾਂ ਨਾ ਸਾਹ ਨਹੀਂ ਸੀ ਲੈਣ ਦਿੰਦੇ ਜੀ, ਮੁੰਡਾ ਇੱਧਰ ਆ ਜਾ ਇੱਧਰ ਆ ਜਾ, ਰਾਜਾ ਇਹ ਵੀ ਸੀ ਰਾਜਾ, ਉਹ ਵੀ ਦੂਜਾ ਜਿਹੜਾ ਮੁੱਕ ਗਿਆ, ਛੋਟੇ ਛੋਟੇ ਰਾਜੇ 'ਤੇ ਜਦੋਂ ਹੋ ਗਏ ਤਕੜੇ ਸ਼ਹਿਰ, ਉਦੋਂ ਇਹਦਾ ਭਾਪੂ ਕਹਿੰਦਾ ਵੀ ਤੁਸੀਂ ਦਿਹਾੜੀ ਦੂੜੀ ਲੱਗ ਜਾ ਕਰੋ, ਜੱਟਾਂ ਦਾ ਕੰਮ ਬੜਾ ਔਖਾ, ਉਹਦੇ ਦਿਹਾੜੀ ਕਰਨ ਲੱਗ ਗਏ। ਹਾਂ ਗੱਲਾਂ ਜਾ ਹੀ ਸੱਤਿਆਂ 'ਚ ਕੋਈ ਝੂਠ ਨਹੀਂ ਮਾਰਦੇ, ਜਿਹੜੀ ਗੱਲ ਆ ਉਹ ਸਾਡੇ ਨਾਲ ਹੋਈ ਹੈ ਉਹ ਹੈਗੀ ਹੈਗੀ, ਵੀ ਬਸ ਸਾਨੂੰ ਪਤਾ ਹੀ ਨਹੀਂ ਲੱਗਿਆ ਵੀ ਕੀ ਬਣ ਗਿਆ, ਥੋੜ੍ਹੇ ਥੋੜ੍ਹੇ ਦਿਨਾਂ 'ਚ ਬਸ ਸਾਡੀ ਨਜ਼ਰ ਉੱਡ ਗਈ 3ਾਂ ਦੀ 4ਾਂ ਦੀ, ਬਾਕੀ ਉਹ ਵਿਚਾਰੇ ਦਾ ਉਹਦਾ 1 ਅੱਖ ਤਾਂ ਬਣ ਗਈ, ਦੂਜੀ ਨਹੀਂ ਬਣ। ਅਸੀਂ ਜੀ ਮੈਂ ਬੇਨਤੀ ਹੀ ਕਰਨਾ ਵੀ ਫਿਰ ਮਾਤਾ ਨੂੰ ਨਹੀਂ ਜਿੰਦਾ, ਦੂਜੇ ਭਾਈ ਨੂੰ ਜਿੰਦਾ, ਮੈਨੂੰ ਜਿੰਦਾ, ਮੈਂ ਤਾਂ ਐਂ ਰੱਬ ਮੂਹਰੇ ਅੱਜ ਦੁਆ ਕਰਨਾ ਵੀ ਸਾਡਾ ਨਿਬੇੜੇ ਹੀ ਕਰਦੇ ਸੱਚੇ ਪਾਤਸ਼ਾਹ, ਸਾਨੂੰ ਉੱਪਰੇ ਚੱਕ ਹੀ ਲੈ, ਅਸੀਂ ਬੜੇ ਦੁਖੀ ਹਾਂ, ਰੋਟੀ ਅਸੀਂ ਨਹੀਂ ਖਾ ਸਕਦੇ, ਚੱਜ ਦੀ ਨਹਾਉਣ ਧੋਣ ਦਾ ਸਾਡਾ ਬੜਾ ਬੁਰਾ ਹਾਲ ਹੈਗਾ, ਨਾ ਤਾਂ ਸਾਡੇ ਕੋਲ ਪਾਣੀ ਦਾ ਪ੍ਰਬੰਧ ਆ, ਕੋਈ ਸਰਕਾਰ ਜੇ ਸਾਡੀ ਫਰਿਆਦ ਸੁਣੇ ਆ ਗਈ ਤਾਂ ਪਾਣੀ ਦਾ ਪ੍ਰਬੰਧ ਵੀ ਦੇਵੇ, ਸਾਨੂੰ ਨਹਾਉਣ ਧੋਣ ਦੀ ਸਹੂਲਤ ਵੀ ਦੇਵੇ, ਇੱਕ ਸਾਡਾ ਰੋਟੀ ਦਾ ਹੱਲ ਹੋ ਜਾਵੇ, ਰੋਟੀ ਪਕਾਉਣ ਦਾ ਮਸਲਾ ਹੱਲ ਹੋ ਜਾਵੇ। ਬੜੇ ਕਦੋਂ ਤੋਂ ਦਿਸਣੋਂ ਹਟਿਆ ਸੀ ਤੁਹਾਨੂੰ ਫਿਰ? ਸਾਨੂੰ ਜੀ ਮੈਨੂੰ ਹੋ ਗਏ ਹੋਣਗੇ ਜੀ 15-20 ਸਾਲ।
ਹੌਲੀ ਹੌਲੀ ਇੱਕ ਹੀ ਲਗਤ ਨਹੀਂ ਮੈਨੂੰ ਦਿਖਿਆ, ਮੈਨੂੰ ਹੌਲੀ ਹੌਲੀ ਘੱਟ ਤੋਂ ਘੱਟ ਘੱਟਦੇ ਹੀ ਗਏ ਬਸ। ਅਤੇ ਸਾਨੂੰ ਚੰਡੀਗੜ੍ਹ ਵੀ ਲਗਾਈ ਸੀਗੇ, ਲੁਧਿਆਣੇ ਵੀ ਲਗਾਈ ਸੀ, ਕੋਈ ਮਸਲਾ ਹੱਲ ਨਹੀਂ ਹੋਇਆ ਨਗਾ ਦਾ। ਮੇਰੀ ਤਾਂ ਹੁਣ ਇਹੀ ਬੇਨਤੀ ਹੈ ਵੀ ਸਰਕਾਰ ਨੂੰ ਵੀ ਜਿੱਦਾਂ ਸਾਡੇ ਗੋਲੀ ਮਾਰੇ ਕੋਈ ਇੱਕ ਦਿਨ ਸਾਡਾ ਨਿਬੇੜਾ ਕਰਦੇ ਪਰੇ, ਇੰਨੇ ਦੁਖੀਆਂ ਸੀ ਜੱਗੋ ਰੱਬੋ ਪੂਜਾ ਦੇ, ਵੀ ਮੈਂ ਇਹੀ ਬੇਨਤੀ ਕਰਦਾ ਗਾ ਕੋਈ ਸਾਡੀ ਫਰਿਆਦ ਸੁਣੇ। ਰੋਟੀ ਪਾਣੀ ਜੀ ਕਦੇ ਤਾਂ ਕੋਈ ਇੱਥੇ ਮੁੰਡਾ ਆ ਜਾਂਦਾ ਆਂਢੀ ਗੁਆਂਢੀ ਨਾਲ ਲੱਗ ਕੇ ਲਿਹਾ ਦਿੰਦਾ ਗਾ, ਇੱਕ ਮੁੰਡਾ ਪੰਜ ਸਾਲ ਦਾ ਵਿਚਾਰਾ ਉਹ ਆਉਂਦਾ ਕਦੇ ਨਾ ਕਦੇ ਉਹ ਲਿਹਾ ਦਿੰਦਾ, ਨਹੀਂ ਟੋ ਟੱਪ ਕੇ ਛੋਟੀਆਂ ਨਾਲ ਹੌਲੀ ਹੌਲੀ ਚੁੱਲ੍ਹੇ 'ਤੇ ਲਵੇ ਆਟਾ ਵੀ ਲਾਉਂਦੇ ਆ, ਪਾਣੀ ਵੀ ਧਰਦੇ ਉਹਦੇ ਲੜ ਲਵੇ ਗੁੰਨ ਲੱਗੇ ਗਏ ਕੱਚੀਆਂ ਪੀਲੀਆਂ ਆਸੂ ਹੁਣ ਜਿਹਦੇ ਅਸੀਂ ਕੱਕਾ ਰੇਤਾ ਹੀ ਭਰਤ ਪਾ ਕੇ ਗਏ ਸਾਡੇ ਮੁੰਡੇ। ਆਖਿਆ ਮੈਂ ਮਹਾਂ ਪੀਲੀ ਮਿੱਟੀ ਛਿੱਟ ਕੇ ਥੋੜ੍ਹੀ ਬਹੁਤੀ ਆ ਕੱਕਾ ਰੇਤਾ ਨਾ ਮਨ ਮਨ ਨਾਲ ਰੱਖਦਾ ਰੋਟੀਆਂ ਦੀ ਸਾਡੀ ਕੋਈ ਮਸਲ, ਇਹੀ ਮੈਂ ਬੇਨਤੀ ਕਰਦਾ ਵੀ ਫਿਰ ਮਾਲਕਾ ਇੱਦਾਂ ਤੁਸਾਂ ਦਾ ਨਿਬੇੜੇ ਕਰਦੇ ਪਰੇ ਮਸਲੇ ਹੱਲ ਹੋ ਜੇ, ਇਹ ਮੈਂ ਬੇਨਤੀ ਕਰਦਾ। ਜੇ ਆਮ ਲੋਕ ਕੋਈ ਸਾਡੀ ਫੂਹੀ ਫੂਹੀ ਨਾਲ ਦਰਿਆ ਭਰ ਜਾਂਦਾ ਜੇ ਸਾਡੀ ਮਦਦ ਕਰਨ, ਇਹੀ ਮੈਂ ਸਾਰੀ ਮੰਗ ਮੰਗਦਾ ਹਾਂ ਵੀ ਸਾਡਾ ਕੋਈ ਟ੍ਰੀਟਮੈਂਟ ਇਲਾਜ ਹੋ ਜੇ। ਆਹ ਹੁਣ ਗੋਡਿਆਂ ਨਾਲ ਚੱਲ ਰਿਹਾ ਮੇਰਾ, ਕੋਈ ਡਾਕਟਰ ਟੀਕਾ ਲਵਾਉਣ ਨੂੰ ਵੀ ਨਹੀਂ ਪੈਸਾ, ਇੱਕ ਰੁਪਈਆ ਨਹੀਂ। ਜੇ ਸੱਚੀ ਗੱਲ ਜਮਾਂ ਆਪਾਂ ਜਮਾਂ ਸੱਚੀ ਗੱਲ ਸੁਣਦੇ ਹੋ ਸੱਚ ਦੇ ਭਾਈ ਹੋ ਮੇਰੇ, ਮੇਰਾ ਇੱਦਾਂ ਮਨ ਢਿੱਡ ਰੋਂਦਾ। ਪੈਨਸ਼ਨ ਜੀ ਆਉਂਦੀ ਹੈ ਵੀ 1500-1500, ਉਹਦੇ ਨਾਲ ਸਾਡਾ ਉਸ ਤਰ੍ਹਾਂ ਅਸੀਂ ਦੁੱਧ ਵਾਲੇ ਨੂੰ ਦੇ ਦਿੰਦੇ ਹਾਂ, ਉਹ ਸਾਡਾ ਚਾਹ ਗੁੜ ਉਹਨਾਂ ਨੂੰ ਦੇ ਦਿੰਦੇ ਹਾਂ। ਕਦੇ ਗੈਸ ਸਿਲੰਡਰ ਮੁੱਕ ਗਿਆ ਸਾਡਾ ਤਾਂ ਜਿਹੜੀ 1500-1500 ਮਿਲਦਾ ਐਂ ਜਾਂਦਾ, ਦਵਾਈ ਬੂਟੀ ਨੂੰ ਤਾਂ ਸਾਡੇ ਰੁਪਈਆ ਵੀ ਨਹੀਂ ਬਚਦਾ। ਅਸੀਂ ਤਾਂ ਇਹੀ ਮੈਂ ਬੇਨਤੀ ਕਰਦਾ ਭਗਵੰਤ ਮਾਨ ਜੀ ਸਾਡੀ ਫਰਿਆਦ ਸੁਣਦਾ ਹੋਵੇ।